ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਅਤੇ ਖਾਸ ਕਰਕੇ ਆਮ ਦੇ ਵਲੰਟੀਅਰਸ ਜਿਹੜੇ ਇੱਥੇ ਬੜੀ ਭਾਰੀ ਮਾਤਰਾ ਦੇ ਵਿੱਚ ਇਕੱਠੇ ਹੋਏ ਨੇ, ਸਾਰਿਆਂ ਨੂੰ ਵਧਾਈਆਂ ਦਿੰਦਾ। ਔਰ ਸਾਨੂੰ ਇਸ ਸ਼ੁਭ ਅਵਸਰ 'ਤੇ ਗੁਰੂ ਨਾਨਕ ਦੇਵ ਜੀ ਤੋਂ ਦੀ ਸਿੱਖਿਆ ਤੋਂ ਸਿੱਖਿਆ ਲੈਣ ਦੀ ਲੋੜ ਹੈ, ਜੋ ਉਹਨਾਂ ਨੇ ਸਾਨੂੰ ਦੱਸਿਆ, ਕਿਰਤ ਕਰੋ, ਵੰਡ ਛਕੋ ਅਤੇ ਸਾਰਿਆਂ ਦੇ ਜਿਹੜੇ ਹੱਕ ਨੇ ਉਹ ਵੀ ਬਰਾਬਰ ਦੇ ਹਨ। ਬਾਬਰ ਨੂੰ ਜਾਬਰ ਕਹਿ ਕੇ ਉਹਨਾਂ ਨੇ ਇੱਕ ਰਾਜੇ ਨੂੰ ਜਾਬਰ ਕਿਹਾ, ਜਿਹੜਾ ਅੱਜ ਅਸੀਂ ਸੰਕੋਚ ਕਰ ਰਹੇ ਹਾਂ, ਜੋ ਸਾਡੀ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ, ਜਿਸ ਤਰ੍ਹਾਂ ਡਰੱਗ ਵਿਕ ਰਹੀ ਹੈ, ਜਿਸ ਤਰ੍ਹਾਂ ਚਿੱਟਾ ਵਿਕ ਰਿਹਾ, ਜਾਂ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਔਰ ਜਿਸ ਤਰ੍ਹਾਂ ਕਿ ਲੋਕਾਂ ਦੇ ਨਾਲ ਧੱਕਾ ਹੋ ਰਿਹਾ, ਇਹਨਾਂ ਗੱਲਾਂ ਨੂੰ ਖਤਮ ਕਰਨ ਵਾਸਤੇ ਸਾਨੂੰ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਐਕਟਿਵ ਹੋ ਕੇ ਰੋਲ ਪਲੇ ਕਰਨਾ ਚਾਹੀਦਾ, ਔਰ ਵੱਧ ਤੋਂ ਵੱਧ ਆਮ ਆਦਮੀ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਬਾਦਲ ਵਰਗੇ ਪਰਿਵਾਰਕ ਰੂਲ ਨੂੰ ਖਤਮ ਕੀਤਾ ਜਾ ਸਕੇ। ਅਸੀਂ ਉਸ ਧਰਤੀ 'ਤੇ ਇਲੈਕਸ਼ਨ ਲੜ ਰਹੇ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਤਾਂ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ, ਔਰ ਉਸ ਤੋਂ ਬਾਅਦ ਫਿਰ ਆਪਣੇ ਬੱਚਿਆਂ ਦੀ ਕੁਰਬਾਨੀ ਦਿੱਤੀ, ਔਰ ਜਦੋਂ ਬੱਚੇ ਸ਼ਹੀਦ ਹੋਏ ਪਏ ਸੀ, ਉਹਨਾਂ ਨੇ ਉਹ ਸਿੰਘਾਂ ਨੇ ਕਿਹਾ ਕਿ ਇਹਨਾਂ ਨੂੰ ਇਹਨਾਂ ਦੇ ਆਪਾਂ ਕੱਫਣ ਪਾ ਦਈਏ, ਤਾਂ ਗੁਰੂ ਸਾਹਿਬ ਨੇ ਇਹੀ ਕਿਹਾ ਸੀ ਕਿ ਜਿੱਥੇ ਹੋਰ ਪਏ ਨੇ ਉੱਥੇ ਮੇਰੇ ਬੱਚੇ ਵੀ ਆ। ਸੋ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ, ਸਾਨੂੰ ਸਬਕ ਸਿਖਾਇਆ ਕਿ ਸਾਰੇ ਇੱਕੋ ਜਿਹੇ ਹਨ। ਪਰ ਅੱਜ ਬਾਦਲ ਦਾ ਪਰਿਵਾਰ ਉੱਥੇ ਪੰਜਾਬ ਦੇ ਵਿੱਚ ਰੂਲ ਕਰ ਰਿਹਾ, ਉਹਨਾਂ ਨੂੰ ਕੋਈ ਇਹਨਾਂ ਗੱਲਾਂ ਨਾਲ ਮਤਲਬ ਨਹੀਂ ਹੈ ਕੀ ਕਰ ਰਹੇ ਨੇ, ਅਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਚੰਗੀ ਤਰ੍ਹਾਂ ਆਪਣੀ ਕੈਂਪੇਨ ਚੱਕੇ ਔਰ ਇਹਨਾਂ ਦੀਆਂ ਜੜ੍ਹਾਂ ਪੁੱਟੀਏ ਅਤੇ ਉੱਥੇ ਸਹੀ ਜਸਟਿਸ ਦਾ ਰਾਜ ਲੈ ਕੇ ਆਈਏ, ਤਾਂ ਕਿ ਸਾਰੇ ਲੋਕ ਸੁਖੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।